किसान भरावो सत श्री अकाल। नरमे वाले वीरां लई ये वीडियो बड़ी खास है क्योंकि बहुत घट वीडियो नरमे दियां वीडियो अपने चैनल पर पईआं होईआं ते जां बाकी चैनलों पर भी घट आ क्योंकि नरमे की फसल लिमिटेड एरिए हुंदी आ। एरिया तो बहुत वड्डा पर उस तरह का ना लिटरेचर छपिया तो ना ही फार्मर के तजर्बे अजे तक मैथों भी सांझे नहीं होए तो ना ही यूट्यूब से होर तरह तरीके सांझे होए आ। जां जिहड़े नरमे वाले फार्मर आ उह ज़्यादातर पंजाब की मालवा बैल्ट आ जां हरियाणे दा बार्डर एरिया हरियाणे च भी काफ़ी ज़्यादा बड़े पद्धर ते हुंदी है इहदी खेती ते राजस्थान दा एरिया नरमे च दिक्कत आउंदियां बूगी डिगण दी हरे तेले दी चिट्टे मच्छर दी जां जूं दी। ते अज तुहानूं इक फार्मर नाल मिला रहा उहनां दा खेत भी दिखा रहा जिहदे विच आपां गल्लबात करांगे सारियां मुश्किलां नूं इकट्ठे क्योंकि एक वीडियो 33 मिनट दी पहलां पाई है फसल दे रख रखाव वास्ते फसल दे विच आउण वालियां मुश्किलां नूं हल करन वास्ते क्योंकि 33 मिनट की वीडियो चाहे तुसी दो बारी सुन लो सारिया गल्लां सारे तजर्बे थोड़े मूँह जबानी नहीं याद हो सकते। मैनू भी बहुत टाइम लगे इन्हां चीज़ों वास्ते तुसी लिख के रख सकते हो ताकि लिखी हुई चीज़ नू दो बारी पढ़ोगे तो थोनू आप ही दिमाग दे विच रह जानी आ। पर जिवें सत श्री अकाल जी, पहलां तुसी इह नरमे बारे दसो जी इह किन्ने दिनां दा हो गया अज? इह जी नरमा US 52 जी। ठीक है जी। बीजा सी जी इह मतलब 1-2 मई ਦੇ ਮਈ ਦੇ ਸਟਾਰਟਿੰਗ ਦੇ ਬੀਜਾ ਜ਼ਿਆਦਾਤਰ ਨਰਮੇ ਦੀ ਬਿਜਾਈ ਹੁੰਦੀ ਮਈ ਦੇ ਸਟਾਰਟਿੰਗ ਜਾਂ ਐਤਕੀ ਕਣਕ ਲੇਟ ਹੋ ਗਈ ਸੀ ਜੀ। ਹਾਂਜੀ ਇਸ ਕਰਕੇ ਜੀ ਥੋੜਾ ਜਿਹਾ ਲੇਟ ਹੋ ਗਿਆ। ਠੀਕ ਹੈ। ਨਹੀਂ ਬਹੁਤ ਵਧੀਆ ਕੰਡੀਸ਼ਨ ਹੈ ਜੀ। ਕਿਸਾਨ ਭਰਾਵੋ ਬਹੁਤੇ ਵੀਰਾਂ ਦੀ ਸਮੱਸਿਆ ਸ਼ੁਰੂ ਤੋਂ ਹੀ ਗੱਲ ਕਰਦੇ ਆ ਆਪਾਂ ਵੀ ਕੱਦ ਛੋਟਾ ਇੱਕ ਤਾਂ ਇਹ ਸਮੱਸਿਆ ਇੱਕ ਕੱਦ ਬਹੁਤ ਜ਼ਿਆਦਾ ਕਰ ਗਿਆ ਫਲ ਨਹੀਂ ਲੱਗਿਆ ਇੱਕ ਇਹ ਸਮੱਸਿਆ ਪਹਿਲਾਂ ਇਹਨਾਂ ਦੋਨਾਂ ਸਮੱਸਿਆ ਤੇ ਗੱਲ ਕਰਾਂਗੇ ਆਪਾਂ। ਜਿਵੇਂ ਤੁਸੀਂ ਨਰਮਾ ਦੇਖ ਰਹੇ ਹੋ ਇਹਦੀ ਹਾਈਟ ਮੰਨੋ ਵੀ 4.5-5 ਫੁੱਟ ਦੇ ਲਗਭਗ ਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਹਾਂ। ਤੇ ਕੋਈ ਬੂਟਾ ਮੰਨ ਲਓ ਵੀ ਛੋਟਾ ਵੀ ਹੈਗਾ ਜਿਵੇਂ ਉਹ ਤੁਸੀਂ ਬੂਟੇ ਦੇਖ ਰਹੇ ਹੋ ਛੋਟੇ ਇੰਨੀ ਹਾਈਟ ਬਹੁਤ ਆ। ਜਦੋਂ ਹਵਾ ਦੇ ਵਿੱਚ ਹਿਊਮਿਡਿਟੀ ਵਧਣੀ ਆ ਸੌਣ ਬਾਅਦ ਦਾ ਮਹੀਨਾ ਚੱਲ ਰਿਹਾ ਜੁਲਾਈ ਅਗਸਤ ਦਾ ਮਹੀਨਾ ਟੁੱਟਵੀਆਂ ਬਰਸਾਤਾਂ ਵੀ ਹੋਣਗੀਆਂ ਔੜਾਂ ਵੀ ਲੱਗਣੀਆਂ ਸਪਰੇਹਾਂ ਵੀ ਤੁਸੀਂ ਉਹ ਕਰਨੀਆਂ ਜਿਨ੍ਹਾਂ ਨੇ ਕੱਦ ਵਧਾਉਣਾ ਤਾਂ ਇਹਦੀ ਮਾਮੂਲੀ ਗੱਲ ਆ। ਇੱਕ ਹਾਈਟ 1 ਫੁੱਟ ਹਾਈਟ ਵਧਣੀ ਇਹਨਾਂ ਦਿਨਾਂ ਦੇ ਵਿੱਚ ਇਹਦੀ ਮਾਮੂਲੀ ਗੱਲ ਆ ਬਾਣਾਂ ਦੇ ਅਕੋਰਡਿੰਗ ਜਿਹੜੇ ਵੀਰ ਚੰਗੀ ਸਾਂਭ ਸੰਭਾਲ ਕਰਦੇ ਆ। ਹਾਈਟ ਨਾ ਵਧਣੀ ਸਮੱਸਿਆ ਨਹੀਂ ਹੈਗੀ ਵੱਧ ਜੂਗੀ ਦਲਾਲ ਘੋਲ ਦੀਆਂ ਸਪਰੇਹਾਂ ਕਰੋ। ਦਲਾਲ ਘੋਲ ਦੇ ਵਿੱਚ ਕਈ ਕਹਿੰਦੇ ਕਿੱਥੋਂ ਮਿਲਦਾ ਮਿਲਦਾ ਨਹੀਂ ਜੀ ਇਹਨੂੰ ਘਰ ਹੀ ਤਿਆਰ ਕਰਨਾ ਪੈਂਦਾ। ਦਲਾਲ ਘੋਲ ਦੇ ਵਿੱਚ 2.5 ਕਿਲੋ ਯੂਰੀਆ 2.5 ਕਿਲੋ DAP ਅਤੇ ਜਿੰਕ ਤੁਸੀਂ ਲੈਣਾ ਜੇ 21% ਲੈਣਾ ਵੈਸੇ ਤਾਂ ਸਾਇੰਸ ਤਾਂ ਇਸ ਗੱਲ ਨੂੰ ਨਹੀਂ ਮੰਨਦੀ ਬਟ ਡਾਕਟਰ ਸੁਰਿੰਦਰ ਦਲਾਲ ਜੀ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਆਪਣੇ ਹਿੱਸੇ ਇਹੋ ਜਿਹਾ ਵਧੀਆ ਲਿਟਰੇਚਰ ਪਾਇਆ ਤਜਰਬਾ ਕਰਕੇ ਆਪਣੇ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਕਿੰਨੀਆਂ ਚੀਜ਼ਾਂ ਦਾ ਡਰ ਕੱਢਿਆ। ਇੱਕ ਤਾਂ ਜਿਹੜਾ 21% ਵਾਲਾ ਜਿੰਕ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਸਪਰੇਅ ਦੇ ਵਿੱਚ ਉਹ 1/2 ਕਿਲੋ ਲੈ ਸਕਦੇ ਹੋ ਅਤੇ ਨਹੀਂ ਤਾਂ ਤੁਸੀਂ ਰਿਸਕ ਲਓ ਹੀ ਨਾ ਚਰੇਟਡ ਜਿੰਕ ਲਓ 150 ਗ੍ਰਾਮ ਚੰਗੀ ਕੰਪਨੀ ਦਾ ਅਤੇ ਉਹਨੂੰ ਸਪਰੇਅ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਲੱਗ ਅਲੱਗ ਘੋਲ ਕੇ ਮਿਲਾ ਕੇ ਕਰ ਸਕਦੇ ਹੋ। ਦਲਾਲ ਘੋਲ ਬਣ ਗਿਆ ਸਪਰੇਅ ਦਾ ਰਿਜ਼ਲਟ ਕੀ ਆਉਣਾ ਬੂਟੇ ਦਾ ਪੀਲਾਪਣ ਦੂਰ ਹੋਊਗਾ ਕੱਦ ਵੀ ਵਧੂਗਾ ਜਿਹੜੀ ਬੂਗੀ ਡਿੱਗਣ ਦੀ ਸਮੱਸਿਆ ਉਹ ਨਹੀਂ ਆਵੇਗੀ। ਜਿਹੜੇ ਵੀਰਾਂ ਦਾ ਨਰਮਾ ਹੁਣ ਦੂਜੀ ਸਮੱਸਿਆ 'ਤੇ ਗੱਲ ਕਰਦੇ ਹਾਂ ਜਿਹੜੇ ਵੀਰਾਂ ਦਾ ਨਰਮਾ ਉਹਨਾਂ ਖੇਤਾਂ ਦੇ ਵਿੱਚ ਆ ਜਿੱਥੇ ਪਿਛਲੀ ਵਾਰ ਜੌਂ ਸੀ ਜਾਂ ਸਰੋਂ ਸੀ ਜਾਂ ਝੋਨਾ ਸੀ ਪੁਰਾਣੀ ਫਸਲ ਚੰਗੇ ਵਾਹਣ ਆ ਜਿਨ੍ਹਾਂ ਦੇ ਵਿੱਚ ਕੱਦ ਹੀ ਬਹੁਤ ਜ਼ਿਆਦਾ ਕਰਦਾ ਇਹਨਾਂ ਦਿਨਾਂ ਵਿੱਚ 2.5 ਮਹੀਨੇ ਦਾ ਨਰਮਾ ਵੀ ਉਹਨਾਂ ਦਾ 5-5 ਫੁੱਟ ਦਾ ਹੋ ਜਾਂਦਾ ਬੂਟੇ ਨੂੰ ਬੂਟਾ ਜੱਫੀ ਪਾ ਕੇ ਖੜ ਜਾਂਦਾ ਤਾਂ ਉਹਨਾਂ 'ਚ ਫਲ ਨਹੀਂ ਲੱਗਦਾ ਹੈਗਾ ਪੱਤੇ ਇਕੱਠੇ ਹੋਣ ਲੱਗ ਜਾਂਦੇ ਆ ਆਪਾਂ ਨੂੰ ਡਰ ਮਾਰੀ ਜਾਂਦਾ ਹੁੰਦਾ ਕੁਛ ਗਵਾਂਢੀ ਡਰਾ ਦਿੰਦੇ ਆ ਅਤੇ ਕੁਛ ਬਾਣੀਆਂ ਡਰਾ ਦਿੰਦੇ ਆ ਅਤੇ ਡਰ ਦੇ ਵਿੱਚ ਸਪਰੇਹਾਂ ਵੀ ਇਹੋ ਜਿਹੀਆਂ ਗਲਤ ਕਰ ਦਿੰਦੇ ਆ ਕਿ ਜਿਹੜੇ ਪਾਸੇ ਆਪਣਾ ਗ੍ਰਾਫ ਜਾਣਾ ਚਾਹੀਦਾ ਹੁੰਦਾ ਉਹ ਜਾਂਦਾ ਹੀ ਨਹੀਂ ਹੈਗਾ। ਆਪਾਂ ਨੂੰ ਉਹ ਚੀਜ਼ਾਂ ਦੇ ਡਰ ਤੋਂ ਮਾਰੇ ਹੋਏ ਵੀ ਬੜੀਆਂ ਚੀਜ਼ਾਂ ਆਪਾਂ ਨੂੰ ਪਾਉਣੀਆਂ ਪੈ ਜਾਂਦੀਆਂ ਵਾਹਣ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਜਿਹੜੇ ਖੇਤਾਂ ਦੇ ਵਿੱਚ ਅਟੈਕ ਹੋਇਆ ਚਿੱਟੇ ਮੱਛਰ ਦਾ ਹਰੇ ਮੱਛਰ ਦਾ ਤੇਲਾ ਕਹਿ ਦਿੰਦੇ ਹੋ ਜੂੰ ਕਹਿ ਦਿੰਦੇ ਹੋ ਥ੍ਰਿਪਸ ਕਹਿ ਦਿੰਦੇ ਹੋ ਥ੍ਰਿਪਸ ਤਾਂ ਛੇਤੀ ਛੇਤੀ ਦੇਖਦੀ ਨਹੀਂ ਹੁੰਦੀ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਵੀ ਸਾਡੇ ਖੇਤ ਨਰਮੇ ਦੇ ਵਿੱਚ ਮੈਂ ਤਾਂ ਸਾਰਾ ਖੇਤ ਦੇਖ ਲੈਂਦਾ ਮੈਨੂੰ ਕਦੇ ਥ੍ਰਿਪਸ ਨਹੀਂ ਦਿਖੀ ਹੈਗੀ ਅਤੇ ਇਹਨਾਂ ਦਾ ਵੀ ਧੰਨਵਾਦ ਵੀ ਇਹਨਾਂ ਨੇ ਥ੍ਰਿਪਸ ਵਾਲੀ ਸਪਰੇਅ ਵੀ ਨਹੀਂ ਕਰੀ ਇਕੱਲੇ ਚਿੱਟੇ ਮੱਛਰ ਵਾਲੀ ਸਪਰੇਅ ਕਰੀ ਆ। ਅਤੇ ਜਿਹੜੇ ਵੀਰਾਂ ਦਾ ਸਿਰਫ ਨਰਮਾ ਕੱਚਾ ਝੋਨੇ ਵਾਲੇ ਖੇਤ 'ਚ ਜਾਂ ਮਤਲਬ ਕਿਸੇ ਵੀ ਖੇਤ ਦੇ ਵਿੱਚ ਆ ਰੇਹ ਸਪਰੇਅ ਵੱਧ ਪਈ ਆ ਨਰਮੇ ਦਾ ਪਾਲਣ ਪੋਸ਼ਣ ਬਾਹਲੇ ਚੰਗੇ ਤਰੀਕੇ ਨਾਲ ਹੋ ਗਿਆ ਤਾਂ ਉਸ ਨਰਮੇ ਦਾ ਕੱਦ ਰੋਕਣ ਦੀ ਸਪਰੇਅ ਆਪਾਂ ਕਰਨੀ ਨਹੀਂ ਹੈਗੀ ਭੁੱਲ ਹੀ ਜਾਓ। ਉਹ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੱਸਦਾ ਸੀਗਾ ਵੀ ਇਹਦਾ ਜੇ ਟੂਸਾ ਤੋੜੋਗੇ ਤੁਸੀਂ ਤਾਂ ਜਿਹੜੀਆਂ ਆਹ ਬ੍ਰਾਂਚਾਂ ਆਈਆਂ ਸਬ ਸੈਕੰਡਰੀ ਬ੍ਰਾਂਚਾਂ ਹੈਗੀਆਂ ਮਦਰ ਸ਼ੂਟ ਨੂੰ ਛੱਡ ਕੇ ਹਾਂ ਉਹ ਬੂਟੇ 'ਤੇ ਚੱਲਦੇ ਆ ਜਿਹੜੇ 'ਤੇ ਪਹਿਲਾਂ ਤੋੜਿਆ ਹੋਇਆ ਤਾਂ ਉਹਨਾਂ ਸਾਰਿਆਂ ਦੀ ਗਰੋਥ ਵਧਣੀ ਆ। ਇੱਕ ਤੁਹਾਨੂੰ ਬੂਟਾ ਦਿਖਾਉਣੇ ਆ ਉਹੀ ਬੂਟਾ ਦੱਸਿਓ ਜਿਹੜਾ ਆਪਾਂ ਤੋੜਿਆ ਹੋਇਆ ਸੀਗਾ ਪਹਿਲਾਂ। ਇਹ ਬੂਟਾ ਦੇਖੋ ਤੁਸੀਂ
ਇਹਦਾ ਨਾਲ ਦਾ ਬੂਟਾ ਨਹੀਂ ਤੋੜਿਆ ਹੋਇਆ, ਕੋਈ ਟੂਸਾ ਨਹੀਂ ਟੁੱਟਿਆ ਹੋਇਆ ਇਹਦਾ, ਸਿੱਧਾ ਸੇਮ ਬੂਟਾ ਇਹ ਟੁੱਟਿਆ ਹੋਇਆ। ਤੁਸੀਂ ਦੇਖੋ ਵੀ ਇਹਦੀ ਇੱਕ ਬ੍ਰਾਂਚ ਦੇ ਵਿੱਚੋਂ ਹੋਰ ਬ੍ਰਾਂਚਾਂ ਵੀ ਨਿਕਲ ਰਹੀਆਂ ਅਤੇ ਹਾਂ ਆਹ ਦੇਖੋ ਇੱਥੋਂ ਟੁੱਟਿਆ ਟੂਸਾ ਟੁੱਟਿਆ ਹੋਇਆ ਇਸ ਦੇ ਬੂਟੇ ਦਾ, ਅਤੇ ਜਿਹੜੀਆਂ ਸਾਰੀਆਂ ਬ੍ਰਾਂਚਾਂ ਉਹ ਮਚੋਰ ਹੋ ਰਹੀਆਂ। ਇਹਦੀ ਜਿਹੜੀ ਡੰਡੀ ਆ, ਡੰਡੀ ਵੀ ਮੋਟੀ ਹੋਵੇਗੀ ਜਿਹੜੀ ਮੀਂਹ ਹਨੇਰੀ ਝੱਖੜ ਨਾਲ ਵੀ ਡਿੱਗਣ ਦਾ ਮੁਕਾਬਲਾ ਕਰੇਗੀ। ਠੀਕ ਹੈ ਜੀ, ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ। ਇੱਕ ਹੋਰ ਵੀ ਚਲੋ ਇਹ ਤਾਂ ਸਮੱਸਿਆ ਹੱਲ ਹੋ ਗਈ ਉਹਨਾਂ ਵੀਰਾਂ ਦੀ ਜਿਹੜੇ ਵੀਰ ਕਹਿੰਦੇ ਵੀ ਸਾਡਾ ਨਰਮਾ ਜ਼ਿਆਦਾ ਕੱਚਾ ਜੀ, ਕਿਹੜੀ ਸਪਰੇਅ ਕਰਕੇ ਚਿੱਟੇ ਮੱਛਰ ਵਾਸਤੇ, ਉੱਥੇ ਤੁਸੀਂ ਸਪਰੇਅ ਵਰਤ ਸਕਦੇ ਹੋ ਜੀ ਜਿਹੜੀ ਲੈਨੋ ਪਲੱਸ ਪੋਲੋ ਆਈ ਹੈ ਲਿਕੁਇਡ ਫਾਰਮ ਦੇ ਵਿੱਚ, GSP ਕੰਪਨੀ ਦੀ। ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦਾ ਅਤੇ ਨਾ ਹੀ ਕਰਨੀ ਆ, ਰਿਜ਼ਲਟ ਆ ਰਹੇ ਆ ਉਹਦੇ, ਉਹ ਸਪੈਸ਼ਲ ਨਰਮੇ ਵਾਸਤੇ ਬਣੀ ਆ ਅਤੇ ਵਾਈਟ ਫਲਾਈ ਐਫਡ ਨੂੰ ਕੰਟਰੋਲ ਕਰਦੀ ਆ, 3 ਕਿੱਲਿਆਂ ਦਾ ਲੀਟਰ ਆ, SLR 525 ਸ਼ਾਇਦ ਉਹਦਾ ਆਈ ਨਾ, ਮੈਨੂੰ ਨਾਂ ਕਲੀਅਰ ਨਹੀਂ, ਉਹ ਤੁਸੀਂ ਕਲੀਅਰ ਕਰ ਲਿਓ। ਉਹ ਸਿਰਫ ਉਹਨਾਂ ਖੇਤਾਂ ਵਾਸਤੇ ਬਣੀ ਜਿੱਥੇ ਬਾਹਲੀ ਜ਼ਿਆਦਾ ਤਰਾਉਦੀ ਰਹਿੰਦੀ ਆ, ਇੱਥੇ ਬਹੁਤ ਜ਼ਿਆਦਾ ਨਰਮੇ ਹਾਈਡ ਕਰਦੇ ਆ, ਔੜ ਲੱਗਦੀ ਨਹੀਂ ਹੈਗੀ, ਚੰਗੇ ਵਾਹਣ ਆ, ਚੰਗੀ ਮਿੱਟੀ ਆ, ਪਾਣੀ ਛੇਤੀ ਛੇਤੀ ਮੰਗਦੇ ਨਹੀਂ ਹੈਗੇ। ਪਰ ਜਿਨ੍ਹਾਂ ਖੇਤਾਂ ਦੇ ਵਿੱਚ ਔੜ ਵੀ ਲੱਗਦੀ ਆ, ਨਰਮੇ ਵੀ ਨਕੱਦੇ ਆ, ਨਰਮੇ ਕੱਦ ਵੀ ਨਹੀਂ ਕਰਦੇ ਅਤੇ ਬੂਗੀ ਡਿੱਗਣ ਦੀ ਸਮੱਸਿਆ ਆਉਂਦੀ ਹੈ ਜਾਂ ਹੋਰ ਸਮੱਸਿਆਵਾਂ, ਉੱਥੇ ਉਹ ਸਪਰੇਅ ਨਹੀਂ ਕਰਨੀ, ਖੁਸ਼ਕੀ ਵਾਲੇ ਥਾਂ ਨਹੀਂ ਕਰਨੀ। ਅਤੇ ਉੱਥੇ ਤੁਸੀਂ ਕਿਹੜੀ ਸਪਰੇਅ ਕਰਨੀ ਆ, ਲਾਲਾ ਕਰ ਸਕਦੇ ਹੋ ਜੀ, ਓਸ਼ੀਨ ਟੋਕਨ, ਸਫੀਨਾ, ਇਹਨਾਂ ਦੇ ਵਿੱਚੋਂ ਕੋਈ ਮਰਜ਼ੀ ਕਰ ਲਓ। ਹੁਣ ਇੱਕ ਗੱਲ ਧਿਆਨ 'ਚ ਰੱਖ ਲਓ ਵੀ ਕਰਨੀ ਕਿਹੜੀ ਨਹੀਂ ਹੈਗੀ, ਕਿਉਂਕਿ ਟਾਈਮ 70 ਦਿਨ ਦਾ ਹੀ ਹੈ ਸਾਰਿਆਂ ਕੋਲ, ਭਾਵੇਂ ਗੇਤਾ ਲਾਇਆ ਨਰਮਾ ਅਤੇ ਭਾਵੇਂ ਪਛੇਤਾ ਲਾਇਆ ਨਰਮਾ, ਆਪਣੇ ਕੋਲ 70 ਦਿਨ ਦਾ ਗੋਲਡਨ ਟਾਈਮ ਆ ਜਦੋਂ ਤੱਕ ਇਹਦੇ ਵਿੱਚ 2 ਵਾਰੀ ਫੁੱਲ ਲਾਉਣੇ ਆ। ਇੱਕ ਵਾਰੀ ਤਾਂ ਫੁੱਲ ਚੰਗੇ ਮੌਸਮ ਨਾਲ ਪੱਕ ਜਾਂਦੇ ਆ, ਦੂਜੀ ਵਾਲਾ ਤਾਂ ਰੱਬ 'ਤੇ ਖੇਡ ਆਸਰੇ ਰਹਿ ਜਾਂਦੀ, ਸਾਰੀ ਵੈਸੇ ਖੇਡ ਰੱਬ ਆਸਰੀ ਆ। ਪਰ ਜਿਹੜੀ ਗੱਲ ਕਰ ਰਹੇ ਵੀ ਕਿਹੜੀਆਂ ਸਪਰੇਹਾਂ ਨਹੀਂ ਕਰਨੀਆਂ, ਮੋਨੋ ਨਹੀਂ ਕਰਨੀ ਜੀ, ਟ੍ਰਾਈਜੋਫੋਸ, ਇਥੀਓਨ, ਐਸੀਫੇਟ, ਪੋਲੋ ਵੀ ਖੁਸ਼ਕੀ ਵਾਲੇ ਥਾਂ ਨਹੀਂ ਕਰਨੀ ਹੈਗੀ, ਜਾਂ ਤੁਹਾਡੀ ਰੀਜੈਂਟ ਆਉਂਦੀ ਆ ਉਹ ਨਹੀਂ ਕਰਨੀ ਹੈਗੀ, ਕਿਉਂਕਿ ਇਹ ਸਪਰੇਹਾਂ ਖੁਸ਼ਕ ਆ, ਪੁਲਸ ਆਉਂਦੀ ਆ ਜਾਂ ਤੁਹਾਡੀ ਆਉਂਦੀ ਆ ਐਸ ਪ੍ਰਾਈਡ ਆਉਂਦਾ, ਐਸੀਡਾ ਪ੍ਰਾਈਡ ਆਉਂਦਾ ਜਾਂ ਹੋਰ ਤਰ੍ਹਾਂ ਦੀਆਂ ਕਨਫੀਡੋਰ ਆਉਂਦੀ ਆ, ਜਿਹੜੀਆਂ ਸਪਰੇਹਾਂ ਖੁਸ਼ਕ ਆ, ਜਿਹੜੀਆਂ ਪੁਰਾਣੀਆਂ ਫਾਰਮੂਲੇਸ਼ਨ ਆ, ਪੁਰਾਣੇ ਟੈਕਨੀਕਲ ਆ, ਹੁਣ ਸਾਰੀਆਂ ਹੀ ਕੰਪਨੀਆਂ ਕੋਲ ਉਹਨਾਂ ਦੇ ਜਿਹੜੇ ਮੈਨੂਫੈਕਚਰਿੰਗ ਲਾਈਸੈਂਸ ਹੈਗੇ ਆ ਬਣਾ ਰਹੀਆਂ, ਅਤੇ ਉਹ ਸਪਰੇਹਾਂ ਆਪਾਂ ਨਹੀਂ ਕਰਨੀਆਂ, ਨਵੀਂ ਕੈਮਿਸਟਰੀ ਦੀਆਂ ਸਪਰੇਹਾਂ ਹੀ ਕਰਨੀਆਂ, ਮਹਿੰਗੀਆਂ ਪੈਂਦੀਆਂ ਤਾਂ ਪੈਣ, ਤਾਂ ਫਿਰ ਕੰਟਰੋਲ ਕਰਨ ਲਈ ਆਪਾਂ ਨੂੰ ਜਿੱਥੇ 4 ਸਪਰੇਹਾਂ ਕਰਨੀਆਂ ਉੱਥੇ ਇੱਕ ਦਾ ਹੀ ਰਿਜ਼ਲਟ 4 ਦੇ ਬਰਾਬਰ ਆਵੇ ਤਾਂ ਉਸੇ ਨੂੰ ਹੀ ਪ੍ਰੈਫਰ ਕਰਨਾ ਚਾਹੀਦਾ। ਹੁਣ ਇਹ ਦੋਨੇ ਸਮੱਸਿਆ 'ਤੇ ਗੱਲ ਹੋਈ, ਉਦੋਂ ਬਾਅਦ ਆਪਾਂ ਜਿਹੜੀ ਮੇਨ ਸਮੱਸਿਆ 'ਤੇ ਗੱਲ ਕਰਾਂਗੇ ਵੀ ਬੂਕੀ ਤੋਂ, ਇਹ ਤੋਂ ਬਹੁਤ ਡਰ ਲੱਗਦਾ, ਆਹ ਨਾ ਡਿੱਗ ਪਏ ਕਿਤੇ, ਸਾਰੀ ਆਪਣੀ ਚੀਜ਼ ਹੀ ਇਹ ਹੈਗੀ। ਇਹ ਜੀ ਕੱਚਾ ਫੁੱਲ ਆ ਹਜੇ, ਅੱਜ ਖਿਲਿਆ ਇਹ, ਆਹ ਦੇਖੋ ਤੁਸੀਂ ਇਹਦੇ ਵਿੱਚ ਪਿਗਮੈਂਟ ਖਿਲ ਬਣ ਕੇ ਜਿਹੜਾ ਹੁਣ ਟੀਂਡਾ ਬਣ ਗਿਆ ਨਾ, ਮੈਂ ਤੁਹਾਨੂੰ ਉਹ ਵੀ ਬੂਟਾ ਦਿਖਾਉਣਾ, ਆਹ ਦੇਖੋ ਜਿਵੇਂ ਇਹਦਾ ਟੀਂਡਾ ਬਣ ਗਿਆ, ਆਹ ਡਿੱਗ ਪਿਆ। ਇਹਨੂੰ ਡਿੱਗੇ ਹੋਏ ਨੂੰ ਦੇਖ ਕੇ ਨਹੀਂ ਘਬਰਾਉਣਾ ਜੀ, ਇਹ ਤਾਂ ਕੰਮ ਹੋ ਗਿਆ, ਇਹ ਤਾਂ ਇਹਦੇ ਕੱਪੜੇ ਸੀਗੇ, ਕੱਪੜੇ ਲੈ ਗਏ, ਠੀਕ ਹੈ ਜੀ। ਅਤੇ ਆਹ ਟੀਂਡਾ ਬਣ ਗਿਆ, ਇੱਥੋਂ ਲਿਆ ਹੈ ਇਹ, ਇਹਦਾ ਟੀਂਡਾ ਬਣ ਚੁੱਕਿਆ ਜੀ। ਇਹਦੀ ਆਪਾਂ ਨੂੰ ਥੱਲੇ ਡਿੱਗਿਆ ਹੋਇਆ ਦੇਖ ਕੇ ਘਬਰਾਉਣ ਦੀ ਲੋੜ ਨਹੀਂ ਹੈਗੀ, ਇਹ ਇਹਦੀ ਕੁਦਰਤੀ ਪ੍ਰੋਸੈਸ ਆ, ਆਪਾਂ ਇਸ ਚੀਜ਼ ਨੂੰ ਇਸ ਚੀਜ਼ ਤੋਂ ਘਬਰਾਉਣਾ। ਚਲੋ ਇਹਦਾ ਸੀਲਰ ਸੂਲਰ ਨਾਲ ਡਿੱਗੀਆਂ ਹੋਣਗੀਆਂ, ਆਹ ਦੇਖੋ ਬਿਨਾਂ ਖਿਲੇ ਕੱਚੀ ਬੂਗੀ ਡਿੱਗੀ ਆ। ਇਹਦੇ ਡਿੱਗਣ ਦੇ ਕਾਰਨ ਹੁੰਦੇ ਆ ਪਲਾਂਟ ਦੇ ਵਿੱਚ ਯੂਰੀਆ ਦੀ ਕਮੀ, ਸੈੱਲ ਸੈਪ ਦੀ ਕਮੀ, ਮੈਗਨੀਸ਼ੀਅਮ ਦੀ ਕਮੀ, ਜਾਂ ਪਾਣੀ ਦਾ ਇਨਬੈਲੈਂਸ, ਮਿੱਟੀ ਦੇ ਵਿੱਚ ਔੜ ਲੱਗ ਗਈ, ਮੋਇਸਚਰ ਘੱਟ ਗਿਆ, ਬਰੂਟੇ ਨੇ ਲੋੜ ਮੰਨ ਜਾਣਾ, ਠੀਕ ਹੈ। ਉਹਨੂੰ ਐਦਾਂ ਲੱਗਣ ਲੱਗ ਜਾਂਦਾ ਵੀ ਮੇਰੇ ਕੋਲ ਇੰਨੀ ਤਾਕਤ ਹੈ ਨਹੀਂ ਵੀ ਮੈਂ ਸਾਰੀਆਂ ਪਲਾਂਟ ਦੇ ਧੀਆਂ ਪੁੱਤਰਾਂ ਨੂੰ ਅਗਲੀਆਂ ਪੀੜ੍ਹੀਆਂ ਨੂੰ ਚਲਾ ਪਾਊਂਗਾ, ਉਹ ਸਾਰਿਆਂ ਨੂੰ ਝਾੜ ਦਿੰਦਾ। ਇਹੀ ਕੰਮ ਨਹੀਂ ਹੋਣ ਦੇਣਾ। ਇਹ 70 ਦਿਨ ਦਾ ਟਾਈਮ ਪੀਰੀਅਡ ਜਿਹੜਾ, ਜੁਲਾਈ ਸਾਰਾ, ਅਗਸਤ ਸਾਰਾ, ਅਤੇ ਕੁਛ ਸਤੰਬਰ ਦਾ ਟਾਈਮ ਜਿਹੜੀਆਂ ਪਛੇਤੀਆਂ ਵਰਾਇਟੀਆਂ ਵਾਸਤੇ ਹੁੰਦਾ। ਇਹ 70 ਦਿਨ ਦੇ ਟਾਈਮ ਪੀਰੀਅਡ ਦੇ ਵਿੱਚ ਤੁਸੀਂ 3 ਕੰਮ ਕਰਨੇ ਆ। ਇੱਕ ਤਾਂ ਸਪਰੇਹਾਂ ਦੇ ਵਿੱਚ ਹਲਕੀ ਡੋਜ਼ ਯੂਰੀਆ ਦੀ ਦੇਣੀ ਆ, ਕੋਈ ਵੀ ਸਪਰੇਅ ਹੋਵੇ, ਭਾਵੇਂ ਤੁਹਾਡਾ ਮਨਪਸੰਦ ਫੰਗੀਸਾਈਡ ਹੋਵੇ, ਇਨਸੈਕਟੀਸਾਈਡ ਹੋਵੇ, ਭਾਵੇਂ NPK ਹੋਵੇ, 1 ਕਿਲੋ ਯੂਰੀਆ ਤਾਂ ਤੁਸੀਂ ਸਾਰਿਆਂ ਨੇ ਦੇਣੀ ਹੀ ਦੇਣੀ ਆ ਸਪਰੇਅ ਦੇ ਵਿੱਚ। ਇਹਨੂੰ ਜ਼ਹਿਰ ਨਹੀਂ ਮੰਨਣਾ ਹੈਗਾ, ਇਹਨੂੰ ਪੌਦੇ ਦੀ ਖੁਰਾਕ ਮੰਨਣੀ ਹੈ। ਇੱਕ ਤੁਸੀਂ ਗੱਲ ਨੋਟ ਕਰਿਓ, ਮੈਂ ਕਾਫੀ ਸਾਲਾਂ ਤੋਂ ਗੱਲ ਨੋਟ ਕਰ ਰਿਹਾ, ਜਿਹੜੇ ਕਿਸਾਨ ਹੈਵੀ ਡੋਜ਼ ਯੂਰੀਆ ਦੀ ਦਿੰਦੇ ਆ, ਇੱਕ ਵਾਰੀ ਚੀਜ਼ ਮੁਕਾ ਦਿੰਦੇ ਆ ਕੰਮ, ਵਾਰੀ ਵਾਰੀ ਕਿੱਥੇ ਪਾਵਾਂਗੇ, ਮੁੜ ਕੇ ਬਾਅਦ 'ਚ ਪਾਵਾਂਗੇ ਤਾਂ ਨਰਮਾ ਕੱਦ ਵੱਧ ਕਰ ਜੂ, ਇਹ ਦਿਮਾਗ 'ਚ ਵਹਿਮ ਰਹਿੰਦਾ ਉਹਨਾਂ ਦੇ। ਉੱਥੇ ਆਪਾਂ ਨੂੰ ਲੋੜ ਪੈਂਦੀ ਆ ਯੂਰੀਆ ਨੂੰ ਤੋੜ ਤੋੜ ਕੇ ਪਾਉਣ ਦੀ, ਆਪਾਂ ਨੇ ਇਹਦਾ ਢਿੱਡ ਨਹੀਂ ਭਰਨਾ ਹੈਗਾ, ਆਪਾਂ ਨੇ ਇਹਨੂੰ ਬੂਟੇ ਨੂੰ ਪਾਲਣ ਪੋਸ਼ਣ ਵਾਸਤੇ ਜਿਹੜਾ ਵੀ ਅਮਾਈਨੋ ਐਸਿਡ ਚਾਹੀਦਾ, ਐਨਜਾਈਮ ਚਾਹੀਦੇ ਆ, ਪ੍ਰੋਟੀਨ ਚਾਹੀਦੀ ਆ, ਬੂਟੇ ਨੂੰ ਜੁੱਸਾ ਬਣਾਉਣ ਵਾਸਤੇ ਖੁਰਾਕ ਚਾਹੀਦੀ ਆ, ਇੰਨੇ
ਪਰਿਵਾਰ ਬੈਠੇ ਆ ਜਿਹੜੇ ਤੇ ਫੁੱਲ ਬਣਨੇ ਆ ਉਹਨਾਂ ਨੂੰ ਖੁਰਾਕ ਚਾਹੀਦੀ ਆ, ਉਹ ਉਸੇ 'ਚ ਹੀ ਬਣ ਕੇ ਤਿਆਰ ਹੋਣੀ ਆ। ਜਿਵੇਂ ਆਪਾਂ ਸਪਰੇਹਾਂ ਪਾਣੀ ਦੇ ਵਿੱਚ ਪਾ ਕੇ ਕਰਦੇ ਹਾਂ ਨਾ, ਇਸੇ ਤਰ੍ਹਾਂ ਹੀ ਸੈੱਲ ਸਾਹਿਬ ਦੇ ਵਿੱਚ ਸਾਰੇ ਨਿਊਟ੍ਰੀਐਂਟ ਘੁਲ ਕੇ ਬੂਟੇ ਦੇ ਕੋਨੇ ਕੋਨੇ 'ਚ ਪਹੁੰਚਦੇ ਆ, ਅਤੇ ਉਹ ਚੀਜ਼ਾਂ ਦੇ ਲਈ ਤੁਹਾਨੂੰ ਯੂਰੀਆ ਸਪਰੇਅ ਕਰਨਾ ਪਊਗਾ। ਹੈਵੀ ਡੋਜ ਕੋਈ ਨਹੀਂ ਦੇਣੀ। ਜਿਹੜੇ ਵੀਰ ਇੱਕ ਵਾਰੀ 'ਚ ਕੰਮ ਮੁਕਾਉਂਦੇ ਆ ਹੈਵੀ ਡੋਜ ਦਿੰਦੇ ਆ, ਉਹਨਾਂ ਦੇ ਜੂੰ ਦਾ ਅਟੈਕ ਸਭ ਤੋਂ ਵੱਧ ਹੁੰਦਾ, ਕਿਉਂਕਿ ਸੈੱਲ ਸਾਹਿਬ ਵਧਣ ਕਰਕੇ ਪਲਾਂਟ ਬਾਕੀ ਕੀੜੇ ਮਕੌੜਿਆਂ ਨੂੰ ਸੱਦਦਾ ਵੀ ਆ ਜਾਓ ਮੇਰੇ ਕੋਲ, ਬਹੁਤ ਚੀਜ਼ ਵਾਧੂ ਪਈ ਆ, ਖਾ ਲਓ। ਉਹ ਵੀ ਖਾਣ ਆਉਂਦੇ ਆ, ਫਿਰ ਪੱਤੇ ਟੇਢੇ ਹੋ ਜਾਂਦੇ ਆ, ਫਿਰ ਤੁਹਾਡੇ ਮੂੰਹ ਵੀ ਟੇਢੇ ਹੋ ਜਾਂਦੇ ਆ ਵੀ ਆਹ ਕੀ ਕੰਮ ਹੋ ਗਿਆ। ਮੈਂ ਇਹ ਦੇਖਿਆ ਵੀ ਜਿਹੜੇ ਵੀਰ ਨੇ ਆਪਦੀ ਗਵਾਂਢੀ ਨਾਲ ਕੰਪੈਰੀਜ਼ਨ ਕਰ ਲੈਂਦੇ ਆ, ਆਪਣੇ ਨਾਲ ਆਪਦਾ ਮੁਕਾਬਲਾ ਆਪ ਕਰਿਆ ਕਰੋ। ਪਿਛਲੇ ਸਾਲ ਦੇ ਮੁਕਾਬਲੇ ਜੋ ਹੋਇਆ ਉਹਦੇ ਨਾਲ ਐਕਚੁਲੀ ਚੰਗਾ ਕਰਨ ਦੀ ਕੋਸ਼ਿਸ਼ ਕਰੋ। ਗਵਾਂਢੀ ਨੇ ਜੋ ਕਰਿਆ ਉਹਨੂੰ ਉਹਦੇ 'ਤੇ ਛੱਡੋ, ਤੁਸੀਂ ਉਹਨੂੰ ਆਪਦੇ ਆਪ ਨਾਲ ਕੰਪੇਅਰ ਨਾ ਕਰੋ, ਠੀਕ ਆ ਜੀ। ਜਿਹੜੇ ਵੀਰ ਪਿਛਲੀ ਵੀਡੀਓ ਨਹੀਂ ਦੇਖੀ ਜ਼ਰੂਰ ਦੇਖ ਲੈਣ, ਕਿਉਂਕਿ ਇਸ ਵੀਡੀਓ 'ਚ ਮੋਟੀਆਂ ਮੋਟੀਆਂ ਹੀ ਗੱਲਾਂ ਕਰੀਆਂ, ਤੁਹਾਨੂੰ ਜਿਹੜੀਆਂ ਸਪਰੇਹਾਂ ਨਹੀਂ ਕਰਨੀਆਂ ਉਹ ਵੀ ਦੱਸਤੀਆਂ, ਜਿਹੜੀਆਂ ਕਰਨੀਆਂ ਉਹ ਵੀ ਦੱਸਤੀਆਂ। ਰਿਕਮੈਂਡਡ ਡੋਜ ਕਰੋ, ਸ਼ਾਮ ਦੇ ਸਮੇਂ ਸਪਰੇਅ ਕਰੋ। ਸਭ ਤੋਂ ਵੱਧ ਤੁਹਾਨੂੰ ਉੱਡਦਾ ਹੋਇਆ ਮੱਛਰ ਸ਼ਾਮ ਦੇ ਸਮੇਂ ਹੀ ਦਿਖਾਈ ਦੇਊਗਾ, ਕਿਉਂਕਿ ਸੁਬਹਾ ਦੇ ਸਮੇਂ ਕਈ ਵਾਰ ਤਰੇਲ ਹੁੰਦੀ ਆ, ਤਰੇਲ ਦੇ ਵਿੱਚ ਨਹੀਂ ਉੱਡਦਾ ਇਹ, ਜਾਂ ਤੁਹਾਨੂੰ ਸਪਰੇਅ ਕਰਨ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ। ਜੇ ਦੁਪਹਿਰੇ ਬਾਰਿਸ਼ ਹੋ ਗਈ, ਗਰਮੀ ਜ਼ਿਆਦਾ ਪੈ ਗਈ, ਇੱਕ ਸਪਰੇਅ ਤੁਸੀਂ ਅਨਰਿਕਮੈਂਡਡ ਕਰਤੀ ਤਾਂ ਉਹਦਾ ਅਸਰ ਘੱਟ ਜਾਂਦਾ ਹੈਗਾ। ਅਤੇ ਜਿਹੜੀਆਂ ਸ਼ਾਮ ਨੂੰ ਸਪਰੇਹਾਂ ਹੁੰਦੀਆਂ ਉਹਨਾਂ ਦੇ ਰਿਜ਼ਲਟ ਵੀ ਜ਼ਿਆਦਾ ਆ, ਅਤੇ ਤੁਹਾਨੂੰ ਕਰਨੀਆਂ ਵੀ ਸਖਾਲੀਆਂ ਹੋ ਸਕਦੀਆਂ। ਸ਼ਿਫਟਾਂ 'ਚ ਸਪਰੇਅ ਕਰ ਲਓ ਜੇ ਜ਼ਿਆਦਾ ਨਰਮ ਆ, ਇੱਕ ਦਿਨ 'ਚ ਕੰਮ ਨਾ ਨਿਬੇੜੋ, ਕਿਉਂਕਿ ਇਹ ਕੋਈ ਇੱਕ ਦਿਨ ਦੀ ਖੇਤੀ ਨਹੀਂ ਹੈਗੀ, 5 ਮਹੀਨਿਆਂ ਦੀ ਖੇਤੀ ਆ। ਜੇ ਇਹਦੇ ਵਿੱਚੋਂ 70 ਦਿਨ ਦਾ ਟਾਈਮ ਆਪਾਂ ਮਿਹਨਤਾਂ ਕਰ ਲਾਂਗੇ ਤਾਂ ਆਪਣੇ ਪੱਲੇ ਕੁਛ ਪੈ ਜਾਣਾ, ਨਹੀਂ ਤਾਂ ਮੁਸ਼ਕਲ ਆ ਬਹੁਤ ਹੀ ਜ਼ਿਆਦਾ, ਕਿਉਂਕਿ ਇਦੋਂ ਪਹਿਲਾਂ ਮਿਹਨਤ ਕਰੀ ਆ ਉਹ ਹੁਣ ਦਿਖ ਰਹੀ ਆ, ਪਰ ਜਿਹੜੀ ਹੁਣ ਮਿਹਨਤ ਕਰਨੀ ਆ ਇਹ ਮਿਹਨਤ ਤੁਹਾਡੀ ਜੇਬ ਦੇ ਵਿੱਚ ਪੈਸੇ ਪਾਊਗੀ। ਲੇਬਰ ਦਾ ਬੁਰਾ ਹਾਲ ਆ ਜੀ, ਲੇਬਰ ਦਾ ਇੰਨਾ ਮਹਿੰਗਾ ਰੇਟ ਆ, ਜੇ ਤੋਂ ਆਪਾਂ ਗਲਤ ਮੈਨੇਜਮੈਂਟ ਕਰਾਂਗੇ ਫਸਲ ਦਾ ਤਾਂ ਝਾੜ ਭੁੱਲ ਜਾਓ। ਅਤੇ ਬਾਕੀ ਜਿਹੜੀਆਂ ਨਿਊਟ੍ਰੀਐਂਟ ਦੀਆਂ ਵੀਡੀਓ ਆ, ਫੰਗੀਸਾਈਡ ਨੂੰ ਕਿਵੇਂ ਆਪਾਂ ਵਰਤਣਾ, ਕਿਹੜਾ ਵਰਤਣਾ, ਨਿਊਟ੍ਰੀਐਂਟ ਕਿਹੜੇ ਪਾਉਣੇ ਆ, ਉਹਦੀ ਪਹਿਲਾਂ ਵਾਲੀ ਵੀਡੀਓ 'ਚ ਵੀ ਗੱਲ ਹੋਈ ਆ, ਇਸ 'ਚ ਵੀ ਥੋੜ੍ਹੀ ਹੋਈ ਆ, ਅੱਗੇ ਵੀ ਵੀਡੀਓ ਆਊਗੀ। ਮੈਂ ਇਸੇ ਕਰਕੇ ਇਸ ਵੀਡੀਓ ਨੂੰ ਬਾਹਲਾ ਲੰਬਾ ਨਹੀਂ ਬਣਾ ਰਹੇ, 1.5 ਘੰਟੇ ਦੀ ਵੀਡੀਓ ਬਣ ਜਾਣੀ ਆ, ਪਰ ਮੋਟੀਆਂ ਮੋਟੀਆਂ ਸਿਰਫ ਤੁਹਾਨੂੰ ਗੱਲਾਂ ਇਸ ਕਰਕੇ ਦੱਸਣੀਆਂ ਸੀ। ਯੂਰੀਆ ਥੋੜ੍ਹੀ ਜਿਹੀ ਘੱਟ ਆ ਜੀ, ਹਾਂ ਸਪਰੇਅ ਹਜੇ ਪਹਿਲੀ ਦਿੱਤੀ ਆ ਜੀ। ਹਾਂ ਪਹਿਲੀ ਸਪਰੇਅ ਗਈ ਆ ਜੀ, ਇਹਦੇ ਨਾਲ ਤਾਂ ਕੱਦ ਵੱਧ ਜਾਂਦਾ ਜੀ, ਤੇ ਨਾਲੇ ਬਿਮਾਰੀ ਹੋਣੀ ਸੀਗੀ, ਤੇ ਹੁਣ ਪਹਿਲੀ ਸਪਰੇਅ ਕੱਲ ਹੋਈ ਆ ਇਹਦੇ 'ਚ, ਉਹਦੇ ਨਾਲ ਇੰਨੇ ਕੁ ਨਵੇਂ ਪੱਤੇ ਨਿਕਲੇ ਆ ਜੀ। ਹਾਂ ਨਵੇਂ ਪੱਤੇ ਨਿਕਲਣੇ ਸਟਾਰਟ ਹੋ ਗਏ, ਖਾਸ ਨਹੀਂ ਹੈਗੀ ਜੀ। ਮੈਨੂੰ ਸਪਰੇਅ ਵੀ ਦੱਸ ਦਿਓ ਜੀ ਕਿਹੜੀ ਹੋਈ ਆ। ਉਲਾਲਾ ਕਰੀ ਆ ਜੀ, ਹਾਂ ਜੀ ਕੱਲ ਹੀ ਕਰੀ ਆ ਜੀ, ਠੀਕ ਆ ਜੀ। ਤੇ ਇਹ ਦੇਖੋ ਘੱਟ ਯੂਰੀਆ ਪਾਉਣ ਕਰਕੇ ਜੀ, ਨਰਮੇ ਦਾ ਕੱਦ ਵੀ ਠੀਕ ਹੈ, ਠੀਕ ਹੈ, ਮਤਲਬ ਬਿਮਾਰੀ ਵੀ ਨਹੀਂ ਆਈ, ਪੱਤੇ ਵੀ ਕੋਈ ਠੂਠੀ ਨਹੀਂ। ਹਜੇ ਪਹਿਲੀ ਸਪਰੇਅ ਦੇ ਦੌਰਾਨ ਤੁਸੀਂ ਦੇਖੋ ਵੀ 4 ਫੁੱਟ ਦੇ ਨੀਅਰ ਅਬਾਊਟ ਕੱਦ ਆ, ਕੋਈ ਜ਼ਿਆਦਾ ਸੰਘਣਾ ਨਰਮਾ ਨਹੀਂ। ਪਹਿਲੀ ਸਪਰੇਅ ਬਹੁਤ ਜ਼ਿਆਦਾ ਗੰਦੀ ਕੰਡੀਸ਼ਨ ਤੇ ਜਾ ਕੇ ਹੁੰਦੀ ਆ ਨਾ, ਕਈ ਵੀਰ ਕੀ ਕਰਦੇ ਆ ਗਲਤੀ ਇਹ ਕਰ ਲੈਂਦੇ ਆ ਕਿ ਪਹਿਲੀ ਸਪਰੇਅ ਆਪਾਂ ਸਸਤੀ ਜੀ ਕਰ ਦਿਓ, ਸਸਤੀ ਵੀ ਨਹੀਂ ਕਹਿ ਸਕਦੇ ਉਹਨੂੰ, ਪੈਸੇ ਤਾਂ ਲੱਗਣੇ ਹੀ ਹੁੰਦੇ ਆ, ਪਰ 100 ਰੁਪਈਆ ਘੱਟ ਲੱਗ ਜਾਂਦਾ, ਉੱਥੇ ਤੁਸੀਂ ਮਾਰ ਖਾ ਜਾਂਦੇ ਹੋ। ਕਰਨੀ ਤਾਂ ਆਪਾਂ ਨੂੰ ਸਪਰੇਅ ਪੈਣੀ ਆ, ਤੁਹਾਡੇ ਦਾ ਸਪਰੇਆਂ ਦੀ ਗਿਣਤੀ ਵੀ ਵੱਧ ਜਾਂਦੀ ਆ, ਈਵਨ ਕਿ ਰਿਜ਼ਲਟ ਵੀ ਨਹੀਂ ਆਉਂਦੇ ਹੈਗੇ, ਨਰਮੇ ਦੀ ਕੰਡੀਸ਼ਨ ਖਰਾਬ ਹੋ ਜਾਂਦੀ ਆ, ਠੀਕ ਹੈ ਜੀ। ਨਰਮੇ ਨੂੰ ਤਾਪ ਚੜਾ ਕੇ ਬਹਿ ਜਾਂਦਾ ਕੋਈ, ਅਤੇ ਮੁੜ ਕੇ ਉਹਨੂੰ ਰਿਕਵਰ ਕਰਨ ਲਈ ਵੀ ਬੂਟੇ ਨੂੰ ਟਾਈਮ ਚਾਹੀਦਾ। ਆਪਾਂ ਬਹੁਤ ਧੰਨਵਾਦੀ ਹਾਂ ਜਿਹੜੇ ਸੁਰਿੰਦਰ ਦਲਾਲ ਜੀ ਦਾ ਗਰੁੱਪ ਆ, ਉਹ ਕਿਸਾਨਾਂ ਨੂੰ ਗਾਈਡ ਕਰਦੇ ਆ ਵੀ ਆਪਣੇ ਕਿਹੜੇ ਮਿੱਤਰ ਕੀੜੇ ਆ, ਕਿਹੜੇ ਆਪਣੇ ਦੁਸ਼ਮਣ ਕੀੜੇ ਆ। ਮਾਸਾਹਾਰੀ ਅਤੇ ਸ਼ਾਕਾਹਾਰੀ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਦੁਸ਼ਮਣ ਬਣਾ ਲੈਂਦੇ ਹਾਂ, ਪਰ ਜੇ ਉਹਨਾਂ ਦੇ ਤੁਸੀਂ ਡੀਪਲੀ ਸਟੱਡੀ ਕਰੋਗੇ ਤਾਂ ਸਾਰੇ ਹੀ ਤੁਹਾਨੂੰ ਮਿੱਤਰ ਨਜ਼ਰ ਆਉਣਗੇ, ਠੀਕ ਹੈ। ਪਰ ਉਹ ਇੱਕ ਬਹੁਤ ਡੂੰਘਾ ਵਿਸ਼ਾ, ਖੇਤੀ ਦੇ ਆਸ਼ਕਾਂ ਵਾਸਤੇ ਵਿਸ਼ਾ, ਉਹ ਜਿਹੜੇ ਬੰਦੇ ਤਾਸ਼ ਖੇਡ ਕੇ ਖੇਤੀ ਕਰਦੇ ਉਹ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ, ਕਿਉਂਕਿ ਉਹਨਾਂ ਨੇ ਫਿਰ ਪੂਰਾ ਨਹੀਂ ਖਰਾ ਉਤਰਨਾ। ਉਹਨਾਂ ਨੇ ਤਾਂ ਕਹਿਣਾ ਵੀ ਸੁਬਹਾ ਸ਼ਾਮ ਤੁਸੀਂ ਖੇਤ ਦੇ ਵਿੱਚ ਗੇੜਾ ਮਾਰੋ, ਦੇਖੋ ਵੀ ETL ਲੈਵਲ ਕ੍ਰੋਸ ਕਰ ਰਿਹਾ ਤਾਂ ਸਪਰੇਅ ਕਰੋ, ਨਹੀਂ ਲੋੜ ਨਹੀਂ। ਅਤੇ ਤੁਸੀਂ ਤਾਂ ETL ਨੂੰ ਫਿਰ ਉਹੀ ਗੱਲ ਵੀ ਜਾਂ ਤਾਂ ਬਾਹਲਾ ਹੀ ਕ੍ਰੋਸ ਹੋ ਜੂਗਾ, ਅਤੇ ਜਾਂ ETL ਅਜੇ ਸ਼ੁਰੂ ਹੀ ਨਹੀਂ ਹੋਇਆ ਹੋਣਾ, ਤੁਸੀਂ ਸਪਰੇਅ ਕਰ ਦੇਣੀ ਆ। ਉਹ ਵੀ ਮਿੱਤਰ ਫਿਰਦੇ ਆ ਜੀ ਆਪਣੇ, ਹਾਂ ਘੋੜੇ ਜੀ, ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਲਖਾਂਦੇ ਆ ਜੀ ਸਾਰੇ ਉਹ, ਹਾਂ ਨੇੜੇ ਕਰਕੇ ਦਿਖਾ ਦਿਓ ਕਿੰਨੇ ਉੱਡ ਰਹੇ ਜੀ ਤੜਕੇ। ਹਾਂ ਜੀ, ਇਹ ਸਾਰੇ ਸ਼ਾਕਾਹਾਰੀ ਆ ਜੀ, ਮਿੱਤਰ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ। ਤੇ ਹੁਣ ਜਦੋਂ ਮਤਲਬ ਫਲ ਚੱਕ ਲਿਆ ਜੀ ਨੇ, ਹੁਣ ਇਹਨੂੰ ਯੂਰੀਆ ਦੇ ਚੱਲਾਂਗੇ ਦਲਾਲ ਕੋਲ ਕਰੀ ਜਾਵਾਂਗੇ, ਹਾਂ ਜਾਂ 13045 ਜੀ, ਹਾਂ ਜੀ, ਹੁਣ ਨਾਲ ਨਾ ਤਾਂ ਕੋਈ ਨੁਕਸਾਨ ਹੋਵੇ ਜੀ ਇਹਦਾ। 13045 ਦਾ ਇੱਥੇ ਮੈਂ ਰੋਲ ਸਮਝਦਾ, ਬਾਕੀ ਫਸਲਾਂ 'ਤੇ ਮੈਂ ਵੀ ਕਰਦਾ ਰਿਹਾ, ਮੈਨੂੰ ਇੰਨੇ ਰਿਜ਼ਲਟ ਨਹੀਂ ਮਿਲੇ ਹੈਗੇ ਝੋਨੇ ਦੇ ਕਣਕ 'ਤੇ, ਮੈਂ ਛੱਡਤੀ, ਪਰ ਨਰਮੇ 'ਚ ਨਹੀਂ ਮੈਂ ਛੱਡ ਰਿਹਾ, 5 ਸਪਰੇਹਾਂ ਕਰਦਾ ਜੀ ਘੱਟੋ ਘੱਟ, ਹਰ 8ਵੇਂ ਦਿਨ ਕਰੋ। ਅਤੇ ਸਪਰੇਅ ਦਾ ਤੁਸੀਂ ਡੋਜ ਰੱਖੋ 70 ਲੀਟਰ ਪਾਣੀ ਦੇ ਵਿੱਚ ਕਿਲੋ ਰੱਖੋ, ਮੈਂ
ਪਿਛਲੇ ਸਾਲ ਦੀਆਂ ਵੀਡੀਓ 'ਚ 50 ਲੀਟਰ ਪਾਣੀ ਦੇ ਵਿੱਚ ਕਿਲੋ ਗਈ ਸੀ। ਉਹ ਕਈ ਵੀਰ 3-3 ਕਿਲੋ ਕਰਤੀ ਜਿਨ੍ਹਾਂ ਨੇ 150-150 ਲੀਟਰ ਪਾਣੀ ਲਾਇਆ ਸੀ। ਉਹ ਕੀ ਕਰਦੀ ਹੈ ਜਦੋਂ ਸਪਰੇ ਕਰਦੇ ਹੋ ਜ਼ਿਆਦਾ ਹਾਈਟ ਦੇ ਬੂਟੇ 'ਤੇ ਇੱਦਾਂ ਕਰਕੇ ਲੰਘਦੀ ਹੈ ਤਾਂ ਪੱਤਿਆਂ ਦੇ ਵਿੱਚ ਮੋਰੀਆਂ ਕਰ ਦਿੰਦੀ ਹੈ ਜਾਂ ਪੱਤੇ ਬਰਨ ਕਰ ਦਿੰਦੀ ਆ। ਜਾਂ ਤੁਸੀਂ ਬੋਰਾਨ ਦੀ ਹੈਵੀ ਡੋਜ਼ ਕਰਦੇ ਹੋ ਤਾਂ ਵੀ ਪੱਤੇ ਬਰਨ ਹੁੰਦੇ ਆ। ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਜਦੋਂ ਤੁਸੀਂ 4-5 ਚੀਜ਼ਾਂ ਇਕੱਠੀਆਂ ਮਿਕਸ ਕਰਨੀਆਂ ਨਾ ਤਾਂ ਵੀ ਰਿਕਮੈਂਡੇਸ਼ਨ ਡੋਜ਼ ਤੋਂ ਥੱਲੇ ਚੱਲੋ, ਉੱਪਰ ਨਾ ਚੱਲੋ। ਆਪਾਂ ਨੂੰ ਹੁੰਦਾ ਵੀ ਹੁਣ ਸਪਰੇਅ ਕਰਨ ਲੱਗਿਆ ਭੋਰਾ ਵੱਧ ਹੀ ਕਰ ਦੇਗੇ। ਇਹ ਚੀਜ਼ ਆਪਣੇ ਦੇ ਵੀ ਨੁਕਸਾਨ ਕਰਦੀ ਆ, ਆਪਣੇ ਪੈਸਿਆਂ ਦਾ ਵੀ ਨੁਕਸਾਨ ਕਰਦੀ ਆ। ਅਤੇ 13-044 ਹੈ ਜਿਹੜੀ, ਉਹ ਇਹਦੇ ਪਲਾਂਟ ਵਾਸਤੇ ਇਸ ਕਰਕੇ ਜ਼ਰੂਰੀ ਆ ਕਿਉਂਕਿ ਦੇਖੋ ਆਪਾਂ ਫਰਟੀਗੇਸ਼ਨ ਭਾਵੇਂ ਥੱਲੇ ਜਿੰਨੀ ਮਰਜ਼ੀ ਕਰੀ ਹੋਵੇ, ਮੈਂ ਕੋਈ ਵੀ ਤੁਹਾਨੂੰ ਬੂਟਾ 'ਚ ਪੱਟ ਕੇ ਦਿਖਾ ਦਿਆਂ ਤਾਂ ਉਹ 8x8 ਇੰਚ ਤੋਂ ਵੱਧ ਕੋਈ ਖੁਰਾਕ ਬਾਹਰੋਂ ਲੈ ਨਹੀਂ ਸਕਦਾ। ਜਾਂ ਤਾਂ ਉਹਨੂੰ ਪਾਣੀ ਰਾਹੀਂ ਖੁਰਾਕ ਮਿਲੂ, ਜਾਂ ਜਿਹੜੀ ਉਹਦੇ ਨੇੜੇ ਪਈ ਆ ਬਿਜਾਈ ਕਰੀਏ ਆਪਾਂ ਜੋ ਵੀ ਸਮਾਨ ਤਾਂ ਉੱਥੋਂ ਮਿਲਣਾ ਹੈਗਾ। ਇਹਦੇ ਵਿੱਚ 13-044 ਦਾ ਰੋਲ ਇਹੀ ਆ ਵੀ ਅਮਾਈਨੋ ਐਸਿਡ ਬੰਨ ਦੇ ਵਿੱਚ, ਪ੍ਰੋਟੀਨ ਬੰਨ ਦੇ ਵਿੱਚ ਜਿਹੜੀ ਨਾਈਟ੍ਰੋਜਨ ਆ ਉਹ ਹੈਲਪ ਕਰਦੀ ਆ, ਅਤੇ ਪੋਟਾਸ਼ ਆ ਜਿਹੜੀ ਉਹ ਟੀਂਡੇ ਦਾ ਜੁੱਸਾ ਬਣਾਉਣ ਦੇ ਵਿੱਚ ਮਦਦ ਕਰਦੀ ਆ। ਹੁਣ ਆਹ ਗੇਤਾ ਟੀਂਡਾ ਲੱਗਿਆ ਹੋਇਆ ਤੁਸੀਂ ਦੇਖ ਲਿਓ, ਤੁਸੀਂ ਸੁਣਦੇ ਵੀ ਹੋਵੋਗੇ, ਸਮਝਦੇ ਵੀ ਹੋਵੋਗੇ ਵੀ ਜਿਹੜੇ ਗੇਤੇ ਟਿੰਡੇ ਲੱਗਦੇ ਆ, ਭਾਵੇਂ ਔੜ ਕਰਕੇ ਲੱਗਦੇ ਆ, ਭਾਵੇਂ ਜ਼ਿਆਦਾ ਗੇਤੀ ਵਜਾਉਣ ਦਾ ਉਹਨਾਂ 'ਚ ਲੱਗਦੇ ਆ, ਇਹਦਾ ਸਾਈਜ਼ ਛੋਟਾ ਹੁੰਦਾ। ਕਿਉਂ ਹੁੰਦਾ ਜੀ? ਕਿਉਂਕਿ ਪੋਟਾਸ਼ ਦੀਆਂ ਸਪਰੇਹਾਂ ਹੀ ਨਹੀਂ ਚਾਲੂ ਹੋਈਆਂ। ਜਿਹੜੀਆਂ ਜ਼ਮੀਨਾਂ ਦੇ ਵਿੱਚ ਪੋਟਾਸ਼ ਦੀ ਮਾਤਰਾ ਵਧੀਆ ਜਾਂ ਥੱਲੇ ਪਾਈ ਹੈ, ਉੱਥੇ ਇਹ ਕੋਕੜੂ ਨਹੀਂ ਬਣਦੇ ਹੈਗੇ। ਕੋਕੜੂ ਦੋ ਜਗ੍ਹਾ 'ਤੇ ਬਣਦੇ ਆ, ਜਿੱਥੇ ਪੋਟਾਸ਼ ਦੀ ਕਮੀ ਆਉਂਦੀ ਆ ਅਤੇ ਜਿੱਥੇ ਪੋਟਾਸ਼ ਪਾਉਂਦੇ ਨਹੀਂ ਹੈਗੇ ਜਾਂ ਲੋਕ, ਜਾਂ ਜ਼ਿਆਦਾ ਸੰਘਣਾ ਨਰਮਾ। ਔੜ ਦਾ ਫਲ ਚੱਕ ਕੇ ਪਹਿਲਾਂ ਸ਼ੁਰੂਆਤ ਦੇ ਵਿੱਚ ਪਕਾ ਲਿਆ, ਇਹ ਲੱਗਦਾ ਥੋੜ੍ਹਾ ਹੀ ਹੁੰਦਾ। ਇੱਕ ਬੂਟੇ ਨੂੰ 2-4 ਟਿੰਡੇ 5 ਟਿੰਡੇ ਲੱਗਦੇ ਆ, ਪਰ ਜਿਹੜੇ ਨਰਮੇ ਸੰਘਣੇ ਹੁੰਦੇ ਆ ਉਹਨਾਂ ਦੇ ਲੱਗਦੇ ਨਹੀਂ, ਉਹ ਕੱਦ ਕਰਨ ਲੱਗ ਜਾਂਦੇ ਆ। ਪਰ ਜਿਹੜੇ ਨਰਮੇ ਔੜ 'ਚ ਹੁੰਦੇ ਆ, ਸੰਘਣੇ ਹੁੰਦੇ ਆ, ਉਹਨਾਂ ਦੇ ਵਿੱਚ ਲੱਗਣ ਲੱਗ ਜਾਂਦੇ ਆ। ਆਹ ਬੂਕੀ ਡਿੱਗੇ, ਇਹਨੂੰ ਦੇਖ ਕੇ ਵੀ ਤੁਸੀਂ ਘਬਰਾਉਣਾ ਨਹੀਂ ਹੈਗਾ। ਚਿੱਟਾ ਫੁੱਲ ਡਿੱਗ ਹੀ ਨਹੀਂ ਸਕਦਾ, ਬਹੁਤ ਚੰਗੇ ਤਰੀਕੇ ਨਾਲ ਫੜਿਆ ਹੁੰਦਾ ਹੈ। ਜਿਹੜੀ ਬੂਕੀ ਆਹ ਡਿੱਗਦੀ ਆ, ਇਹ ਘਬਰਾਉਣ ਦਾ ਵਿਸ਼ਾ। ਟਿੰਡਾ ਬੰਨ ਤੋਂ ਬਾਅਦ ਕਿਉਂ ਡਿੱਗੀ? ਬੂਟੇ ਨੇ ਇਹਨੂੰ ਕਿਉਂ ਛੱਡਤਾ? ਇੱਥੇ ਤੁਹਾਨੂੰ ਜ਼ਰੂਰੀ ਆ ਮੈਗਨੀਸ਼ੀਅਮ, ਜ਼ਰੂਰੀ ਆ ਫਾਸਫੋਰਸ, ਜ਼ਰੂਰੀ ਆ ਜਿਹੜਾ ਦਲਾਲ ਘੋਲ 'ਚੋਂ ਮਿਲਣਾ। ਮੈਗਨੀਸ਼ੀਅਮ ਦੀ ਸਪਰੇਅ ਤੁਸੀਂ ਅਲੱਗ ਕਰ ਸਕਦੇ ਹੋ, 1-1.5 ਕਿਲੋ ਦਾ। ਮੱਛਰ ਦੀਆਂ ਸਪਰੇਹਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ, ਪਰ ਨਿਊਟ੍ਰੀਐਂਟ ਦੀਆਂ ਸਪਰੇਹਾਂ ਦੇ ਵਾਸਤੇ ਡਾਕਟਰ ਜਗਵੀਰ ਸਿੰਘ ਦੀ CICR ਤੋਂ ਬੁੱਕ ਪਬਲਿਸ਼ ਹੋਈ ਸੀ, ਉਹਦਾ ਲਿੰਕ ਵੀ ਤੁਹਾਨੂੰ ਸ਼ੇਅਰ ਕਰ ਦੂੰਗਾ। ਉਹਦੇ ਵਿੱਚ ਨਿਊਟ੍ਰੀਐਂਟ ਦੀ ਗੱਲ ਹੋਈ ਆ ਵੀ ਟਿੰਡੇ ਦੇ ਵਿੱਚ ਰੂੰ ਅਤੇ ਬੜੇਵਾਂ ਦੋ ਹੀ ਚੀਜ਼ਾਂ, ਫਾਈਬਰ ਅਤੇ ਸੀਡ। ਸੀਡ ਦੇ ਵਿੱਚ ਤੇਲ ਹੁੰਦਾ, ਤੇਲ ਵਾਲੀ ਚੀਜ਼ ਭਾਰੀ ਹੁੰਦੀ ਹੈ, ਅਤੇ ਤੇਲ ਵਾਲੀ ਚੀਜ਼ ਨੂੰ ਸਲਫਰ ਅਤੇ ਪੋਟਾਸ਼ ਦੋ ਤੱਤ ਜ਼ਿਆਦਾ ਮਾਤਰਾ 'ਚ ਚਾਹੀਦੇ ਹੁੰਦੇ ਆ। ਆਪਾਂ ਇਹਨਾਂ ਦੋਨਾਂ ਤੱਤਾਂ ਤੋਂ ਪਰਹੇਜ਼ ਨਹੀਂ ਕਰਨਾ, ਭਾਵੇਂ ਸਪਰੇਅ 'ਚ ਦੇ ਦਿਓ, ਭਾਵੇਂ ਨੀਚੇ ਪਾ ਦਿਓ, ਉਹ ਤੁਹਾਡੀ ਮਰਜ਼ੀ ਹੈ। ਭਾਵੇਂ ਤੁਹਾਡੀ ਸੋਇਲ ਟੈਸਟਿੰਗ ਹੋਈ ਵੀ ਆ ਤਾਂ ਉਹਦੇ ਵਿੱਚ ਜੋ ਮਾਤਰਾ ਤੁਹਾਨੂੰ ਦਿਖ ਰਹੀ ਆ ਉਸ ਦੇ ਮੁਤਾਬਕ ਫੈਸਲਾ ਲੈ ਕੇ ਤੁਸੀਂ ਇਸ ਸਮੱਸਿਆ 'ਤੇ ਵੀ ਹੱਲ ਕਰ ਸਕਦੇ ਹੋ। ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਵੀਡੀਓ ਮਿਲਣਗੀਆਂ ਨਰਮੇ ਬਾਰੇ, ਅਤੇ ਪਹਿਲਾਂ ਵਾਲੀ ਵੀਡੀਓ ਵੀ ਦੇਖ ਲਿਓ, ਇਹ ਵੀਡੀਓ ਵੀ ਦੇਖ ਲਿਓ। ਗੱਲਾਂ ਜਿਹੜੀਆਂ ਸਮਝ ਆਈਆਂ ਉਹਨਾਂ ਨੂੰ ਯਾਦ ਚੇਤੇ ਰੱਖ ਕੇ ਲਿਖ ਲਿਓ, ਭਾਵੇਂ ਤੁਹਾਡੀਆਂ ਬਹੁਤੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਮੈਂ ਨਾ ਦੇ ਸਕਿਆ ਹੋਵਾਂ, ਪਰ ਥੱਲੇ ਤੁਸੀਂ ਕਮੈਂਟ ਬਾਕਸ ਦੀ ਵਰਤੋਂ ਕਰ ਸਕਦੇ ਹੋ, ਉੱਥੇ ਤੁਸੀਂ ਆਨਸਰ ਲੈ ਸਕਦੇ ਹੋ। ਕਮੈਂਟ ਕਰਕੇ ਦੱਸੋ ਆਪਦਾ ਜੋ ਵੀ ਸਵਾਲ ਆ, ਤਾਂ ਮੈਂ ਜਿੰਨਾ ਕੁ ਮੈਨੂੰ ਆਨਸਰ ਉਹਦਾ ਪਤਾ ਹੋਇਆ ਮੈਂ ਤੁਹਾਨੂੰ ਉਹਦਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ ਜੀ। ਧੰਨਵਾਦ ਜੀ ਸਾਰੇ ਵੀਰਾਂ ਦਾ, ਬਾਕੀ ਵੀਰਾਂ ਨਾਲ ਜ਼ਰੂਰ ਸਾਂਝੀ ਕਰ ਦਿਓ ਜੀ ਵੀਡੀਓ। ਧੰਨਵਾਦ।